ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਅੱਜ ਮਾਤਾ ਗੁਜਰੀ ਕਾਲਜ ਤੋਂ ਪ੍ਰੋਫੈਸਰ ਜੁਗਿੰਦਰ ਸਿੰਘ ਆਪ ਸਭ ਨੂੰ ਜੀ ਆਇਆਂ ਆਖਦਾ ਅਤੇ ਅੱਜ ਮੈਂ ਤੁਹਾਨੂੰ ਮਾਤਾ ਗੁਜਰੀ ਕਾਲਜ ਜਦੋਂ 1957 ਦੇ ਵਿੱਚ ਪਹਿਲਾ ਬੈਚ ਸ਼ੁਰੂ ਹੋਇਆ ਸੀ ਫਤਿਹਗੜ੍ਹ ਸਾਹਿਬ ਦੀ ਡਿਊਟੀ ਦੇ ਵਿੱਚ, ਉਹ ਸਮੇਂ ਪਹਿਲੇ ਜਿਹੜੇ ਵਿਦਿਆਰਥੀ ਸੀ ਮੈਡਮ ਇੰਦਰਜੀਤ ਕੌਰ ਚੀਮਾ, ਉਹ ਸਾਡੇ 'ਚ ਅੱਜ ਵਿਸ਼ੇਸ਼ ਮਹਿਮਾਨ ਦੀ ਤਰ੍ਹਾਂ ਮੌਜੂਦ ਨੇ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਉਹਨਾਂ ਨਾਲ ਇੰਟਰੋਡਿਊਸ ਕਰਾਂਗਾ। ਮੈਡਮ, ਮੈਂ ਆਪ ਜੀ ਦਾ ਕਾਲਜ ਪਹੁੰਚਣ 'ਤੇ ਜੀ ਆਇਆਂ। ਥੈਂਕ ਯੂ ਸੋ ਵੈਰੀ ਮਚ। ਕਾਲਜ ਕਿਸ ਤਰ੍ਹਾਂ, ਇਹ ਕਾਲਜ ਨੇ 1957 ਦੇ ਵਿੱਚ ਆਪਣੀ ਯਾਤਰਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਡਿਊੜੀ ਤੋਂ ਸ਼ੁਰੂ ਕਰਦੇ ਹੋਏ 2020 ਦੇ ਵਿੱਚ ਕਿਸ ਤਰ੍ਹਾਂ ਇਹ ਬੁਲੰਦੀਆਂ ਹਾਜ਼ਰ ਸ਼ੁਰੂ ਹਾਸਲ ਕਰ ਰਿਹਾ, ਮੈਂ ਉਹਨਾਂ ਨੂੰ ਇਹ ਜਾਣਕਾਰੀ ਲੈਣਾ ਚਾਹੁੰਦਾ। ਠੀਕ ਹੈ ਜੀ, ਅਸੀਂ 57 ਦੇ ਵਿੱਚ ਜਦੋਂ ਇਹ ਕਾਲਜ ਸ਼ੁਰੂ ਹੋਇਆ, ਐਕਚੁਲੀ ਪ੍ਰਿੰਸੀਪਲ ਦਇਆਵੀਰ ਸਿੰਘ ਜੀ ਸੀਗੇ ਜਿਹਨਾਂ ਨੂੰ ਫਤਿਹ ਬਾਲੇ 'ਚ ਰਹਿੰਦੇ ਸਨ ਅਤੇ ਉੱਥੇ ਉਹਨਾਂ ਨੂੰ ਸੁਪਨਾ ਆਇਆ ਕਿ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਸੁਪਨੇ 'ਚ ਆ ਕੇ ਕਿਹਾ ਹੈਗਾ ਕਿ ਤੁਸੀਂ ਲੜਕੀਆਂ ਦੇ ਵਾਸਤੇ ਕੋਈ ਜਿਹੜੀ ਵਿੱਦਿਅਕ ਸੰਸਥਾ ਹੈਗੀ ਹੈ ਉਹ ਫਤਿਹਗੜ੍ਹ ਸਾਹਿਬ ਬਣਾਓ। ਅਤੇ ਉੱਧਰੋਂ ਜਿਹੜੇ ਬੀਬੀ ਗੁਰਬਚਨ ਕੌਰ ਜੀ ਸਨ ਤਲਾਨੀਆਂ ਵਾਲੇ ਮਾਨ ਫੈਮਿਲੀ ਦੇ ਵਿੱਚੋਂ, ਉਹਨਾਂ ਦੇ ਕੋਲ ਪਹਿਲਾਂ ਹੀ ਉਹ ਲੜਕੀਆਂ ਵਾਸਤੇ ਕਈ ਕੰਮ ਕਰ ਰਹੇ ਸਨ ਅਤੇ ਉਹਨਾਂ ਦੇ ਮਨ ਵਿੱਚ ਵੀ ਇਹ ਅੰਦੇਸ਼ਾ ਹੈ ਸੀ ਕਿ ਅਸੀਂ ਇੱਕ ਕੋਈ ਇਹੋ ਜਿਹੀ ਇੰਸਟੀਚਿਊਟ ਸ਼ੁਰੂ ਕਰੀਏ। ਅੱਗੇ ਉਹ ਬੱਚਿਆਂ ਨੂੰ ਪੜ੍ਹਾ ਤਾਂ ਰਹੇ ਸੀਗੇ ਸਕੂਲ ਲੈਵਲ 'ਤੇ, ਅਤੇ ਪਰ ਵੱਡੀ ਐਜੂਕੇਸ਼ਨ ਵਾਸਤੇ ਕਰੀਏ। ਅੱਛਾ ਹੈਗਾ ਕਿ ਜਦੋਂ ਅਸੀਂ ਤਾਂ ਸਾਡੀਆਂ 11ਵੀਂ 12ਵੀਂ ਦੀਆਂ ਐਸੀ ਤੱਕ ਦੀਆਂ ਕਲਾਸਾਂ ਉੱਥੇ ਲੱਗਦੀਆਂ ਡਿਊਟੀ ਦੇ ਵਿੱਚ। ਫਿਰ ਉਸ ਤੋਂ ਬਾਅਦ ਨਾ ਇੱਧਰਲੇ ਪਾਸੇ ਥੈਚ ਰੂਫ ਵਾਲਾ ਇੱਕ ਕੁੜੀਆਂ ਦਾ ਸਕੂਲ ਸੀਗਾ, ਉਸ ਸਕੂਲ ਦੇ ਕੁਝ ਕਮਰੇ ਖਾਲੀ ਕਰਾ ਕੇ ਤਾਂ ਸਾਡੇ ਮਾਤਾ ਜੀ ਗੁਰਬਚਨ ਕੌਰ ਨੇ ਉੱਥੇ ਸਾਡੀਆਂ ਕਲਾਸਾਂ ਲਵਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਬਿਲਡਿੰਗ ਕਾਲਜ ਦੀ ਬਣਨੀ ਸ਼ੁਰੂ ਹੋਈ। ਜਦੋਂ ਕਾਲਜ ਦੀ ਬਿਲਡਿੰਗ ਬਣ ਗਈ ਪਹਿਲੀ, ਤਾਂ ਉਹਦੇ ਵਿੱਚ ਫਿਰ ਜਿਹੜੀਆਂ ਅਸੀਂ ਸਾਡੀਆਂ 13ਵੀਂ ਦੀਆਂ ਕਲਾਸਾਂ ਤੱਕ ਉਹ ਬਿਲਡਿੰਗ ਸ਼ੇਪ ਲੈ ਚੁੱਕੀ ਸੀਗੀ ਅਤੇ ਫਿਰ 13ਵੀਂ ਦੀਆਂ ਕਲਾਸਾਂ ਸਾਡੀਆਂ ਉੱਥੇ ਨਵੀਂ ਬਿਲਡਿੰਗ ਦੇ ਵਿੱਚ ਲੱਗਣੀਆਂ ਸ਼ੁਰੂ ਹੋਈਆਂ ਅਤੇ ਫਿਰ 13ਵੀਂ 14ਵੀਂ ਤੱਕ ਦੀਆਂ ਉੱਥੇ ਲੱਗੀਆਂ ਸਾਡੀਆਂ ਕਲਾਸਾਂ। ਉਸ ਸਮੇਂ ਤੁਸੀਂ ਗਰਲਜ਼ ਐਜੂਕੇਸ਼ਨ ਦਾ ਐਡਾ ਵੱਡਾ ਸਟੈਪ ਜੋ ਬੀਬੀ ਮਾਨ ਨੇ ਲਿਆ, ਉਸ ਨੂੰ ਤੁਸੀਂ ਕਿਹੜੇ ਨਜ਼ਰੀਏ ਤੋਂ ਦੇਖਦੇ? ਅਸੀਂ ਇਸ ਨਜ਼ਰੀਏ ਨੂੰ ਬਹੁਤ ਵੱਡਾ ਅਤੇ ਸ਼ਲਾਘਾਯੋਗ ਇੱਕ ਕਦਮ ਮੰਨਦੇ ਹਾਂ ਜਿਹੜਾ ਕਿ ਬੀਬੀ ਉਹਨਾਂ ਨੇ ਚੁੱਕਿਆ ਕੁੜੀਆਂ ਦੇ ਵਾਸਤੇ, ਕਿਉਂਕਿ ਉਸ ਵਕਤ ਵਿੱਚ ਕੁੜੀਆਂ ਦੀ ਐਜੂਕੇਸ਼ਨ ਦਾ ਜਾਂ ਕੁੜੀਆਂ ਨੂੰ ਅਗਾਂਹ ਵਧਣ ਦੇ ਦੇਣ ਚਾਂਸਿਸ ਦੇਣ ਬਾਰੇ ਕੁਝ ਜ਼ਿਆਦਾ ਨਹੀਂ ਸੋਚਿਆ ਜਾਂਦਾ ਸੀਗਾ ਅਤੇ ਇਹ ਜਿਹੜਾ ਸੀਗਾ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਇਹ ਚੰਗੇ ਲੋਕਾਂ ਦਾ, ਵੱਡੇ ਲੋਕਾਂ ਦਾ, ਹੋਰ ਵਿਜ਼ਨਰੀ ਲੋਕਾਂ ਦਾ ਸਾਥ ਮਿਲ ਜਾਣ ਕਰਕੇ ਉਹਨਾਂ ਨੇ ਇਸ ਐਜੂਕੇਸ਼ਨ ਬਾਰੇ ਸੋਚਿਆ, ਕਿਉਂਕਿ ਲੜਕੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਕਿਸੇ ਪਾਸੇ ਪੜ੍ਹਨ 'ਤੇ ਦਿੱਤਾ ਨਹੀਂ ਸੀ ਜਾਂਦਾ। ਇਹਦੇ 'ਚ ਮੇਰੇ ਬੀਜੀ ਵੀ ਕਿਉਂਕਿ ਮੈਂਬਰ ਸਨ ਕਮੇਟੀ ਦੇ, ਤਾਂ ਇਸ ਕਰਕੇ ਉਹਨਾਂ ਨੇ ਮੈਨੂੰ ਤਾਂ ਦਾਖਲ ਕਰਾਉਣਾ ਹੀ ਸੀ। ਇਹਦੇ ਨਾਲ ਫਿਰ ਜਾ ਕੇ ਅਸੀਂ ਹੋਰ ਘਰਾਂ ਦੇ ਵਿੱਚ ਕੁੜੀਆਂ ਨੂੰ ਜਾ ਕੇ ਉਤਸ਼ਾਹਿਤ ਕਰਕੇ ਅਤੇ ਲੈ ਕੇ ਆਉਣਾ, ਸਰਹੰਦ ਵਿੱਚੋਂ ਵੀ ਜਾ ਕੇ ਇਸੇ ਤਰ੍ਹਾਂ ਲੈ ਕੇ ਆਉਣਾ। ਬੀਬੀ ਜੀ ਆਪ ਵੀ ਜਾਂਦੇ ਹੁੰਦੇ ਸਨ ਸਾਡੇ ਨਾਲ ਕਈ ਵਾਰੀ ਲੜਕੀਆਂ ਨੂੰ ਬੁਲਾਉਣ ਵਾਸਤੇ। ਅਸੀਂ ਇਹ ਵੀ ਸੁਣਿਆ ਮੈਡਮ ਵੀ ਬੀਬੀ ਮਾਨ ਆਪ ਕੀਰਤਨ ਕਰਦੇ ਸੀ ਜਾਂ ਬੱਚਿਆਂ ਤੋਂ ਕੀਰਤਨ ਕਰਾ ਕੇ ਜੋ ਤਿਲ ਫੁਲ ਇਕੱਠਾ ਹੁੰਦਾ ਸੀ ਉਹ ਇਸ ਕਾਲਜ ਦੀ ਤਰੱਕੀ ਵਾਸਤੇ ਉਹ ਪੈਸਾ ਉਹ ਖਰਚਦੇ ਸੀ, ਉਹ ਸਕੂਲ ਦੇ ਵਾਸਤੇ ਉਹ ਪੈਸਾ ਸਕੂਲ ਦੇ ਵਾਸਤੇ ਇਕੱਠਾ ਵੀ ਕਰਦੇ ਰਹੇ ਅਤੇ ਸਕੂਲ ਦੇ ਵਾਸਤੇ ਖਰਚਦੇ ਵੀ ਰਹੇ। ਸਾਡੇ ਵੇਲੇ ਤੱਕ ਜਿਹੜੀ ਕਮੇਟੀ ਬਣ ਚੁੱਕੀ ਸੀ ਉਸ ਕਮੇਟੀ ਦੇ ਵਿੱਚ ਪੈਸੇ ਆਉਣ ਲੱਗ ਪਏ ਸਨ, ਕੁਝ ਉਹਨਾਂ ਦੀ ਆਪਣੀ ਆਮਦਨ ਦੇ ਆਉਂਦੇ ਸਨ ਅਤੇ ਕੁਝ ਹੋਰ ਵੀ ਸਾਰੇ ਜਿਹੜੇ ਸਨ ਉਹ ਕੰਟਰੀਬਿਊਟ ਕਰਨ ਲੱਗ ਪਏ। ਅੱਜ ਦੀਆਂ ਬੱਚੀਆਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ? ਪਰ ਉਸ ਵੇਲੇ ਜੋ ਹਿੰਮਤ ਸੀਗੀ ਸਾਡੇ ਕੁੜੀਆਂ ਦੇ ਵਿੱਚ ਉਹ ਵੱਖਰੀ ਹਿੰਮਤ ਸੀ, ਕਿਉਂਕਿ ਸਾਡੇ ਸਿਰ 'ਤੇ ਜਿਹੜੀਆਂ ਪੇਰੈਂਟਸ ਦਾ ਅਤੇ ਸਾਡੇ ਵੱਡਿਆਂ ਦਾ ਜਿਹੜਾ ਸੀ ਉਹ ਆਸ਼ੀਰਵਾਦ ਵੀ ਸੀ ਅਤੇ ਉਹਨਾਂ ਵੱਲੋਂ ਚੁੱਪ ਕੀਤਾ ਇੱਕ ਸੁਨੇਹਾ ਵੀ ਸੀ ਕਿ ਵੀ ਹੈਵ ਟੂ ਟੇਕ ਕੇਅਰ ਆਫ ਆਰਸੈਲਵਸ ਐਂਡ ਦ ਨੇਮ ਆਫ ਦ ਇੰਸਟੀਟਿਊਸ਼ਨ ਐਂਡ ਦ ਫੈਮਿਲੀ। ਇਸ ਕਰਕੇ ਉਸ ਵੇਲੇ ਸਾਨੂੰ ਰਿਸਪੋਂਸੀਬਿਲਟੀ ਸੀ ਆਪਣੇ ਕਾਲਜ ਵੱਲ ਬੜੀ, ਆਪਣੀ ਫੈਮਿਲੀ ਵੱਲ ਬੜੀ, ਅਤੇ ਸਾਡਾ ਜਿਹੜਾ ਚਾਜਰਚਾਰ ਸੀਗਾ ਸਾਰਾ ਉਸ ਦੇ ਆਧਾਰ 'ਤੇ ਉੱਤੇ ਸੀ। ਅਸੀਂ ਕੋਈ ਵੀ ਕੰਮ ਇਹੋ ਜਿਹਾ ਨਹੀਂ ਕਰ ਸਕਦੇ ਸੀਗੇ ਜਿਹਦੇ ਨਾਲ ਸਾਡੇ ਕਿਸੇ ਤਰ੍ਹਾਂ ਵੀ ਸਾਡੀ ਇੰਸਟੀਚਿਊਟ ਨੂੰ ਜਾਂ ਸਾਡੇ ਫੈਮਿਲੀ ਤੱਕ ਕੋਈ ਵੀ ਬਦਨੁਮਾ ਕੋਈ ਚੀਜ਼ ਜਾਏ। ਇੱਥੇ ਹੁਣ ਦੀਆਂ ਬੱਚੀਆਂ ਵਿੱਚ ਅਤੇ ਉਹਨਾਂ ਬੱਚੇ 'ਚ, ਕਿਉਂਕਿ ਇਹਨਾਂ ਬੱਚਿਆਂ ਨੂੰ ਤਾਂ ਬਣਿਆ ਬਣਾਇਆ ਇੱਕ ਕਾਲਜ ਮਿਲ ਗਿਆ, ਪਰ ਦੈਮ ਇਟ ਇਜ਼ ਜਸਟ ਏ ਕਾਲਜ। ਇਸ ਕਾਲਜ ਨਾਲ ਉਹਨਾਂ ਦੀਆਂ ਰੂਹ ਦੀਆਂ ਜੜ੍ਹਾਂ ਨਹੀਂ ਜੁੜੀਆਂ ਹੋਈਆਂ, ਨਾ ਉਹਨਾਂ ਦੇ ਪੇਰੈਂਟਸ ਦੀਆਂ, ਅਤੇ ਉਹ ਰਿਸਪੈਕਟ ਉਹ ਰਿਗਾਰਡ ਇਹਨਾਂ ਨੂੰ ਨਹੀਂ ਹੈ ਇਹਦੇ ਵਾਸਤੇ। ਸਾਡੇ ਲਈ ਸਾਡੀ ਅਲਮਾ ਮੈਟਰ ਹੈ, ਸਾਨੂੰ ਇਹਦੇ ਵਾਸਤੇ ਉਹੀ ਸਤਿਕਾਰ ਹੈ ਜੋ ਇੱਕ ਬੜੇ ਚੰਗੇ ਸੁਹਿਰਦ ਮਾਂ ਪਿਓ ਵਾਸਤੇ ਬੱਚਿਆਂ ਨੂੰ ਹੁੰਦਾ ਹੈ। ਤਾਂ ਇਸ ਕਰਕੇ ਅੱਜ ਕੱਲ੍ਹ ਦੀਆਂ ਬੱਚੀਆਂ ਜਿਹੜੀਆਂ ਨੇ ਉਹ ਜਸਟ ਕਮ ਐਂਡ ਗੋ ਵਾਲੀ ਗੱਲ ਹੈ, ਉਹਨਾਂ ਵਾਸਤੇ ਉਹ ਡੀਪ ਰਿਸਪੈਕਟ
ਡੀਪ ਰੂਟਡ ਰਿਸਪੈਕਟ ਜਿਹੜੀ ਹੈਗੀ ਉਹ ਨਹੀਂ ਹੈਗੀ। ਮੇਰਾ ਮੈਸੇਜ ਹੈ ਕਿ ਸਾਡੇ ਜੈਸੇ ਜਿਹੜੇ ਪੁਰਾਣੇ ਸਟੂਡੈਂਟਸ ਹੈਗੇ ਆ ਸਾਨੂੰ ਸਾਰਿਆਂ ਨੂੰ ਮੋਰ ਔਫਨ ਆਉਣਾ ਚਾਹੀਦਾ ਔਰ ਬੱਚਿਆਂ ਦੀਆਂ ਗੈਟ ਟੂਗੈਦਰਸ ਨੂੰ ਐਡਰੈਸ ਕਰਨਾ ਚਾਹੀਦਾ ਤਾਂ ਕਿ ਉਹ ਬੱਚੇ ਜਾਣ ਸਕਣ ਕਿ ਕੀ ਇੱਜ਼ਤ ਸਾਡੇ ਦਿਲਾਂ ਵਿੱਚ ਇਸ ਇੰਸਟੀਚਿਊਟ ਵਾਸਤੇ ਹੈ ਅਤੇ ਕੀ ਉਹਨਾਂ ਦੇ ਦਿਲਾਂ 'ਚ ਹੋਣੀ ਚਾਹੀਦੀ ਹੈ। ਜਦ ਸਾਨੂੰ ਆਪਣੀ ਫੈਮਿਲੀ ਦਾ ਆਪਣੇ ਕਾਲਜ ਦਾ ਇੰਸਟੀਚਿਊਟ ਦਾ ਔਰ ਉਹਦੀ ਰਿਸਪੈਕਟ ਐਂਡ ਰਿਗਾਰਡ ਦਾ ਖਿਆਲ ਹੋਏਗਾ ਅਤੇ ਸਾਡਾ ਕਰੈਕਟਰ ਸਾਡੀ ਆਊਟਲੁੱਕ ਸਾਡਾ ਬਿਹੇਵੀਅਰ ਸਾਰਾ ਕੁਝ ਹੀ ਰਿਸਪੈਕਟਫੁਲ 'ਚ ਤਰੀਕੇ 'ਚ ਬਦਲ ਜਾਏਗਾ ਜਿਹੜੇ ਕਿ ਇਹਨਾਂ ਬੱਚਿਆਂ ਵਿੱਚ ਅੱਜ ਮਿਸਿੰਗ ਹੈ। ਬੱਚਿਆਂ ਦੀਆਂ ਖਾਸ ਕਰਕੇ ਬੱਚੀਆਂ ਦਾ ਸੋਸਾਇਟੀ ਦੇ ਵਿੱਚ ਫੈਮਿਲੀ ਦੇ ਵਿੱਚ ਅਤੇ ਨੇਸ਼ਨ ਬਿਲਡਿੰਗ ਦੇ ਵਿੱਚ ਤੁਸੀਂ ਕੀ ਰੋਲ ਦੇਖਦੇ ਹੋ? ਬਹੁਤ ਹੀ ਅਹਿਮ ਰੋਲ ਇਹ ਪਲੇ ਕਰ ਸਕਦੀਆਂ ਹਨ ਜੇ ਇਹ ਆਪਣੇ ਆਪ ਨੂੰ ਪਹਿਚਾਣ ਲੈਣ ਆਪਣੀ ਤਾਕਤ ਨੂੰ ਆਪਣੀ ਕਾਬਲੀਅਤ ਨੂੰ ਅਤੇ ਆਪਣੀ ਜਿਹੜੀ ਹੈਗੀ ਹੈ ਤਰਬੀਅਤ ਨੂੰ ਅਤੇ ਆਪਣੀ ਜਿਹੜੀ ਇਹਨਾਂ ਦੀ ਹੈਗੀ ਹੈ ਰਿਸਪੋਂਸੀਬਿਲਟੀ ਹੈ ਉਹਨਾਂ ਸਾਰੀਆਂ ਦਾ ਬੈਲੈਂਸ ਮੇਨਟੇਨ ਕਰਨ ਦੀ ਜੇ ਇਹਨਾਂ ਨੂੰ ਜਾਂਚ ਆ ਜਾਏ ਅਤੇ ਓਨਲੀ ਦੈਨ ਇਹ ਗੱਲ ਬਣੇਗੀ। ਪਰ ਇੰਨਾ ਸ਼ੁਕਰ ਹੈ ਕਿ ਬਹੁਤ ਵੱਡਾ ਸ਼ੁਕਰ ਹੈ ਕਿ ਇਸ ਕਾਲਜ ਵਿੱਚ ਸ਼ਾਇਦ ਮਾਤਾ ਗੁਜਰੀ ਦੀ ਕਿਰਪਾ ਕਿ ਇੱਥੇ ਜਿਹੜਾ ਮਾਹੌਲ ਨਹੀਂ ਇੱਥੇ ਜਿਹੜਾ ਹੈਗਾ ਡਰੱਗਸ ਦਾ ਨਹੀਂ ਚੱਲ ਰਿਹਾ ਪਰਵਾਹ ਇਹ ਬਹੁਤ ਵੱਡੀ ਦੇਣ ਹੈ ਸੱਚੇ ਪਾਤਸ਼ਾਹ ਦੀ ਮਾਤਾ ਗੁਜਰੀ ਜੀ ਦੀ ਕਿ ਇਸ ਕਾਲਜ ਦੇ ਵਿੱਚ ਡਰੱਗਸ ਦਾ ਨਾ ਕੋਈ ਲੈ ਨਹੀਂ ਨਾ ਕੋਈ ਦੇ ਨਹੀਂ ਨਾ ਕੋਈ ਡਰੱਗਸ ਦੇ ਨਾਂ ਦੇ ਉੱਤੇ ਕਾਕੇ ਇੱਥੇ ਹੈਗੇ ਨੇ ਕੋਈ ਕਾਕੇ ਇੱਥੇ ਨਹੀਂ ਹੈਗੇ ਜਿਹੜੇ ਕਿ ਕਾਕੇ ਸਾਰੇ ਮਾਹੌਲ ਨੂੰ ਵਿਗਾੜਨ ਨਾ ਕੋਈ ਕਾਕੀਆਂ ਐਸੀਆਂ ਹੈਗੀਆਂ ਨੇ ਜਿਹੜੀਆਂ ਕਿ ਮਾਹੌਲ ਨੂੰ ਵਿਗਾੜਨ ਵਾਧੂ ਦਾ ਫੈਸ਼ਨ ਕਰਕੇ ਅਤੇ ਕੋਈ ਮਾਹੌਲ ਨੂੰ ਵਿਗਾੜਨ ਅਤੇ ਨਾ ਇਹੋ ਜਿਹੇ ਕਾਕੇ ਹੈਗੇ ਨੇ ਜਿਹੜੇ ਮੁੱਛਾਂ ਨੂੰ ਤਾਹ ਦੇ ਕੇ ਇੱਧਰੋਂ ਇੱਧਰੋਂ ਲੰਘਦੇ ਹੋਣ ਅਤੇ ਕਾਲਜ ਮਾਹੌਲ ਦੇ ਵਿੱਚ ਦਾਦਾਗਿਰੀ ਦਾ ਮਾਹੌਲ ਫੈਲਾ। ਇਹ ਪ੍ਰਿੰਸੀਪਲ ਇੰਜਨ ਸਿੰਘ ਜੀ ਦੇ ਵੇਲੇ ਤੋਂ ਚਲਾਈਆਂ ਹੋਈਆਂ ਗੱਲਾਂ ਨੇ ਰੀਤਾਂ ਨੇ ਜਿਨ੍ਹਾਂ 'ਤੇ ਅਸੀਂ ਵੀ ਪਹਿਰਾ ਦਿੱਤਾ। ਇਹ ਸਨ ਮਾਤਾ ਗੁਜਰੀ ਕਾਲਜ ਦੇ ਪਹਿਲੇ ਵਿਦਿਆਰਥੀ 1957 ਦੇ ਜਿਨ੍ਹਾਂ ਨਾਲ ਅਸੀਂ ਉਹਨਾਂ ਦੇ ਵਿਚਾਰ ਸਾਂਝੇ ਕੀਤੇ ਉਹਨਾਂ ਨੇ ਆਪਣੀਆਂ ਮੈਮਰੀਜ਼ 'ਚੋਂ ਸਾਨੂੰ ਮੈਮਰੀ ਡਾਊਨ ਦਾ ਲੇਨ ਉਹਨਾਂ ਨੇ ਬਹੁਤ ਕੁਛ ਸਾਨੂੰ ਸ਼ੇਅਰ ਕੀਤਾ ਬੜੀਆਂ ਇਮੋਸ਼ਨਲ ਉਹਨਾਂ ਨੇ ਸਾਡੇ ਨਾਲ ਗੱਲਾਂ ਕੀਤੀਆਂ ਤੁਹਾਡੇ ਵਾਸਤੇ ਬਹੁਤ ਅੱਛੇ ਮੈਸੇਜ ਦਿੱਤੇ ਅਤੇ ਇਹ ਮੈਸੇਜ ਤੁਹਾਨੂੰ ਆਉਣ ਵਾਲੇ ਫਿਊਚਰ ਦੇ ਵਿੱਚ ਬਹੁਤ ਕੰਮ ਆਉਣਗੇ। ਥੈਂਕ ਯੂ ਵੈਰੀ ਮੱਚ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।